ਸੁਚੱਜੇ ਜੀਵਨ ਦੀਆਂ ਲੋੜਾਂ ਮੱਥੇ ਟੇਕਣ ਨਾਲ ਨਹੀਂ ਸਾਥੀਓ, ਮੱਥੇ ਲਾਉਣ ਨਾਲ ਪੂਰੀਆਂ ਹੁੰਦੀਆਂ ਹਨ। ਯੂਟਿਊਬ ਚੈਨਲ ਦ ਮਾਸਟਰ ਆਰਟ ਵੱਲੋਂ ਭਾਰਤੀ ਤਰਕਸ਼ੀਲ ਲਹਿਰ ਦੇ ਬਾਨੀ ਡਾਕਟਰ ਅਬਰਾਹਮ ਥਾਮਸ ਕਾਬੂਰ ਨੂੰ ਸਮਰਪਿਤ ਨੌਜਵਾਨ ਪ੍ਰਦੀਪ ਦੀ ਕਲਾਕਿਰਤ ਦਾ ਚੈਲੰਜ। ਦੈਵੀ ਸ਼ਕਤੀਆਂ ਦੇ ਦਾਅਵੇਦਾਰਾਂ, ਤਾਂਤਰਿਕਾਂ, ਬਾਬਿਆਂ, ਸਿਆਣਿਆਂ, ਸਵਾਮੀਆਂ, ਯੋਗੀਆਂ, ਯੋਤਸੀਆਂ, ਸਾਧ ਸੰਤਾਂ, ਰਿਸ਼ੀਆਂ, ਮੁਨੀਆਂ, ਪੁਜਾਰੀਆਂ, ਪਾਦਰੀਆਂ, ਮੌਲਵੀਆਂ, ਭਾਈ ਜੀਆਂ ਵਗੈਰਾ ਵਗੈਰਾ ਨੂੰ, ਇਹਨਾਂ ਸਭ ਨੂੰ ਹੀ ਚੈਲੰਜ। ਲੰਗੜਾ ਕੇ ਚੱਲ ਰਹੇ ਦੇਸ਼ ਦੇ ਇਸ ਭ੍ਰਿਸ਼ਟ ਪ੍ਰਬੰਧ ਦੀ ਵਿਸਾਖੀ ਨੂੰ ਚੈਲੰਜ। ਜਥੇਬੰਦੀ ਦੀ ਖਜ਼ਾਨਚੀ ਸੀ ਅਤੇ ਉਸਨੇ ਆਪਣੇ ਪਤੀ ਨਾਲ ਆਜ਼ਾਦ ਵਿਚਾਰਾਂ ਦੇ ਲੋਕਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। ਗੁੱਜੇ ਚਮਤਕਾਰਾਂ ਦਾ ਖੋਜੀ ਹੋਣ ਦੇ ਨਾਤੇ ਡਾਕਟਰ ਕਾਬੂਰ ਨੇ ਭੋਲੇ ਭਾਲੇ ਲੋਕਾਂ ਨੂੰ ਭੂਤਾਂ, ਪ੍ਰੇਤਾਂ, ਯੋਤਸੀਆਂ, ਟੂਣਾ ਕਰਨ ਵਾਲਿਆਂ, ਹਸਤ ਰੇਖਾ ਵੇਖਣ ਵਾਲਿਆਂ, ਕਾਲੇ ਇਲਮ ਵਾਲੇ ਅਤੇ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਅਜਿਹੇ ਭੁਲੇਖੇ ਪਾ ਕੇ ਉਹਨਾਂ ਨੂੰ ਠੱਗਦੇ ਰਹਿੰਦੇ ਹਨ। ਭੂਤਾਂ ਪ੍ਰੇਤਾਂ ਦੀ ਤਲਾਸ਼ ਵਿੱਚ ਉਹ ਭੂਤਾਂ ਵਾਲੇ ਡਰਾਉਣੇ ਘਰਾਂ ਵਿੱਚ ਸੁੱਤੇ ਹਨ ਅਤੇ ਉਹਨਾਂ ਨੇ ਕਬਰਸਤਾਨਾਂ ਵਿੱਚੋਂ ਉਹਨਾਂ ਭੂਤਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ
अपनी जिंदगी दे सारे ही महत्वपूर्ण कम्मां नूं बदसगनी दे मौकियां उत्ते शुरू कीता। यह सारा कुछ उन्होंने भोले भाले लोकां नूं यह विश्वास दवाउण लई कीता कि जिहड़े चमत्कारी शक्तियां दा दावा करदे हन ਉਹ ਸਿਰਫ ਫਰੇਬੀ ਜਾਂ ਮਾਨਸਿਕ ਤੌਰ 'ਤੇ ਬਿਮਾਰ ਲੋਕ ਹੀ ਹੁੰਦੇ ਹਨ। ਹਰ ਕਿਸਮ ਦੇ ਅੰਧ ਵਿਸ਼ਵਾਸਾਂ, ਭਰਮਾਂ, ਪਖੰਡਾਂ ਦੀ ਵਾਲ ਦੀ ਖੱਲ ਲਾਉਣ ਵਾਂਗ ਪੂਰੀ ਬਰੀਕੀ ਅਤੇ ਗਹਿਰਾਈ ਨਾਲ ਘੋਖ ਪੜਤਾਲ ਕਰਨ ਤੋਂ ਬਾਅਦ ਆਖਰ 65 ਸਾਲ ਦੀ ਉਮਰ ਹੋਣ 'ਤੇ ਸਾਲ 1963 ਵਿੱਚ ਡਾਕਟਰ ਕਪੂਰ ਨੇ ਅੰਧ ਵਿਸ਼ਵਾਸ ਫੈਲਾਉਣ ਵਾਲਿਆਂ ਵਿਰੁੱਧ ਇਹ ਚੁਣੌਤੀ ਪੇਸ਼ ਕੀਤੀ। है कोई गैबी शक्ति दा भलवान जिते 1,00,000 नगदे नाम। मैं इब्राहिम कपूर जो पामान कांड लेन कोलंबो दा निवासी यह घोषणा करदा हाँ कि मैं श्रीलंका दे 1,00,000 रुपए दा इनाम दुनिया दे किसी अजिहे व्यक्ति नूं देण लई तैयार हाँ ਜਿਹੜਾ ਅਜਿਹੀਆਂ ਹਾਲਤਾਂ ਵਿੱਚ ਜਿੱਥੇ ਧੋਖਾ ਨਾ ਹੋਵੇ ਕੋਈ ਚਮਤਕਾਰੀ ਜਾਂ ਅਲੌਕਿਕ ਸ਼ਕਤੀ ਦਾ ਦਿਖਾਵਾ ਕਰ ਸਕਦਾ ਹੋਵੇ। ਇਹ ਪੇਸ਼ਕਸ਼ ਮੇਰੀ ਮੌਤ ਹੋਣ ਤੱਕ ਜਾਂ ਇਸ ਤੋਂ ਪਹਿਲਾਂ ਇਨਾਮ ਜੇਤੂ ਦੇ ਮਿਲਣ ਤੱਕ ਖੁੱਲ੍ਹੀ ਹੋਵੇਗੀ। ਦੇਵ ਪੁਰਸ਼, ਸੰਤ, ਯੋਗੀ, ਸਿੱਧ, ਗੁਰੂ, ਸਵਾਮੀ ਅਤੇ ਹੋਰ ਦੂਸਰੇ ਜਿਨ੍ਹਾਂ ਨੇ ਆਤਮਿਕ ਕਸਰਤਾਂ ਜਾਂ ਪਰਮਾਤਮਾ ਦੀ ਭਗਤੀ ਨਾਲ ਸ਼ਕਤੀ ਪ੍ਰਾਪਤ ਕੀਤੀ ਹੈ, ਹੇਠ ਲਿਖੇ ਚਮਤਕਾਰਾਂ ਵਿੱਚੋਂ ਕਿਸੇ ਇੱਕ ਦਾ ਦਿਖਾਵਾ ਕਰਕੇ 1,00,000 ਦਾ ਇਨਾਮ ਜਿੱਤ ਸਕਦੇ ਹਨ। ਜਿਹੜਾ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਪੜ੍ਹ ਸਕਦਾ ਹੋਵੇ, ਜਿਹੜਾ ਕਿਸੇ ਕਰੰਸੀ ਨੋਟ ਦੀ ਠੀਕ ਨਕਲ ਪੈਦਾ ਕਰ ਸਕਦਾ ਹੋਵੇ, ਜਿਹੜਾ ਬਲਦੀ ਹੋਈ ਅੱਗ 'ਤੇ ਆਪਣੇ ਦੇਵਤੇ ਦੀ ਸਹਾਇਤਾ ਨਾਲ ਅੱਧੇ ਮਿੰਟ ਲਈ ਨੰਗੇ ਪੈਰੀਂ ਖੜ੍ਹ ਸਕਦਾ ਹੋਵੇ, ਅਜਿਹੀ ਵਸਤੂ ਜੋ ਮੈਂ ਮੰਗਾਂ ਹਵਾ ਵਿੱਚੋਂ ਪੇਸ਼ ਕਰ ਸਕਦਾ ਹੋਵੇ, ਮਨੋਵਿਗਿਆਨਿਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ, ਟੈਲੀਪੈਥੀ ਰਾਹੀਂ ਕਿਸੇ ਦੂਸਰੇ ਵਿਅਕਤੀ ਦੇ ਵਿਚਾਰ ਪੜ੍ਹ ਕੇ ਦੱਸ ਸਕਦਾ ਹੋਵੇ, ਪ੍ਰਾਰਥਨਾ ਰਾਹੀਂ ਆਤਮਿਕ ਸ਼ਕਤੀ ਦੁਆਰਾ ਗੰਗਾ ਜਲ ਨਾਲ ਜਾਂ ਪਵਿੱਤਰ ਰਾਖ ਨਾਲ ਆਪਣੇ ਸਰੀਰ ਦੇ ਅੰਗ ਨੂੰ 1 ਇੰਚ ਵਧਾ ਸਕਦਾ ਹੋਵੇ, ਜਿਹੜਾ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ, ਯੋਗਿਕ ਸ਼ਕਤੀ ਨਾਲ 5 ਮਿੰਟ ਲਈ ਨਬਜ਼ ਰੋਕ ਸਕੇ, ਪਾਣੀ ਉੱਤੇ ਪੈਦਲ ਤੁਰ ਸਕੇ, ਆਪਣਾ ਸਰੀਰ 1 ਥਾਂ ਛੱਡ ਕੇ ਦੂਸਰੀ ਥਾਂ ਹਾਜ਼ਰ ਹੋਵੇ, ਯੋਗਿਕ ਸ਼ਕਤੀ ਦੁਆਰਾ 30 ਮਿੰਟ ਲਈ ਸਾਹ ਕਿਰਿਆ ਰੋਕ ਦੇਵੇ, ਰਚਨਾਤਮਕ ਬੁੱਧੀ ਦਾ ਵਿਕਾਸ ਕਰੇ, ਭਗਤੀ ਜਾਂ ਅਗਿਆਤ ਸ਼ਕਤੀ ਰਾਹੀਂ ਆਤਮਿਕ ਗਿਆਨ ਪ੍ਰਾਪਤ ਕਰੇ, ਪੁਨਰਜਨਮ ਦੇ ਤੌਰ 'ਤੇ ਕੋਈ ਅਨੋਖੀ ਭਾਸ਼ਾ ਬੋਲ ਸਕੇ, ਅਜਿਹੀ ਆਤਮਾ ਜਾਂ ਪ੍ਰੇਤ ਨੂੰ ਹਾਜ਼ਰ ਕਰੇ ਜਿਸ ਦੀ ਫੋਟੋ ਖਿੱਚੀ ਜਾ ਸਕਦੀ ਹੋਵੇ, ਫੋਟੋ ਖਿੱਚ ਲੈਣ ਪਿੱਛੋਂ ਫੋਟੋ ਵਿੱਚੋਂ ਅਲੋਪ ਹੋ ਸਕੇ, ਜਿੰਦਾ ਲੱਗੇ ਕਮਰੇ ਵਿੱਚੋਂ ਅਲੌਕਿਕ ਸ਼ਕਤੀ ਨਾਲ ਬਾਹਰ ਨਿਕਲ ਸਕੇ, ਕਿਸੇ ਵਸਤੂ ਦਾ ਭਾਰ ਵਧਾ ਸਕੇ, ਛੁਪੀ ਹੋਈ ਵਸਤੂ ਨੂੰ ਲੱਭ ਸਕੇ, ਪਾਣੀ ਨੂੰ ਸ਼ਰਾਬ ਜਾਂ ਪੈਟਰੋਲ ਵਿੱਚ ਬਦਲ ਸਕੇ, ਸ਼ਰਾਬ ਨੂੰ ਖੂਨ ਵਿੱਚ ਬਦਲ ਸਕੇ। ਅਜਿਹੇ ਯੋਤਸੀ ਅਤੇ ਪਾਂਡੇ ਜਿਹੜੇ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਕਿ ਯੋਤਿਸ਼ ਅਤੇ ਹੱਥ ਰੇਖਾ ਵਿਗਿਆਨ ਹਨ, ਮੇਰੇ ਇਨਾਮ ਨੂੰ ਜਿੱਤ ਸਕਦੇ ਹਨ, ਜੇਕਰ ਉਹ 10 ਹੱਥ ਚਿੱਤਰਾਂ ਜਾਂ 10 ਯੋਤਿਸ਼ ਪੱਤਰੀਆਂ ਨੂੰ ਵੇਖ ਕੇ ਆਦਮੀਆਂ ਅਤੇ ਔਰਤਾਂ ਦੀ ਵੱਖ ਵੱਖ ਗਿਣਤੀ, ਮਰਿਆਂ ਅਤੇ ਜਿਉਂਦਿਆਂ ਦੀ ਗਿਣਤੀ ਦੱਸ ਸਕਣ ਜਾਂ ਜਨਮ ਦਾ ਠੀਕ ਸਮਾਂ ਸਥਾਨ ਦੱਸ ਸਕਣ। ਇਸ ਵਿੱਚ 5% ਗਲਤੀ ਦੀ ਮਾਫ਼ੀ ਹੋਵੇਗੀ। ਇਹ ਚੁਣੌਤੀ ਹੇਠ ਲਿਖੀਆਂ ਸ਼ਰਤਾਂ ਨਾਲ ਲਾਗੂ ਹੋਵੇਗੀ। ਪਹਿਲੀ ਸ਼ਰਤ, ਜਿਹੜਾ ਆਦਮੀ ਮੇਰੀ ਇਸ ਚੁਣੌਤੀ ਨੂੰ ਕਬੂਲ ਕਰਦਾ ਹੈ, ਬੇਸ਼ੱਕ
ਉਹ ਇਨਾਮ ਜਿੱਤਣਾ ਚਾਹੁੰਦਾ ਹੈ ਜਾਂ ਨਹੀਂ। ਉਸਨੂੰ ਮੇਰੇ ਕੋਲ ਜਾਂ ਮੇਰੇ ਨਾਮਜ਼ਦ ਕੀਤੇ ਹੋਏ ਆਦਮੀ ਕੋਲ 1,000 ਰੁਪਏ ਬਤੌਰ ਜ਼ਮਾਨਤ ਜਮ੍ਹਾਂ ਕਰਵਾਉਣੇ ਪੈਣਗੇ। ਇਹ ਰਕਮ ਜਿੱਤਣ ਦੀ ਹਾਲਤ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਇਹ ਪੈਸੇ ਅਜਿਹੇ ਲੋਕਾਂ ਨੂੰ ਦੂਰ ਭਜਾਉਣ ਲਈ ਰੱਖੇ ਗਏ ਹਨ ਜਿਹੜੇ ਸਸਤੀ ਸ਼ੌਹਰਤ ਪਾਲਦੇ ਹਨ, ਨਹੀਂ ਤਾਂ ਅਜਿਹੇ ਲੋਕ ਮੇਰੇ ਰੁਪਏ, ਤਾਕਤ ਅਤੇ ਕੀਮਤੀ ਸਮੇਂ ਨੂੰ ਫਜ਼ੂਲ ਨਸ਼ਟ ਕਰਨਗੇ। ਦੂਜੀ ਸ਼ਰਤ, ਕਿਸੇ ਆਦਮੀ ਦੀ ਚੁਣੌਤੀ ਉਸੇ ਹਾਲਤ ਵਿੱਚ ਹੀ ਸਵੀਕਾਰ ਕੀਤੀ ਜਾਵੇਗੀ ਜਦੋਂ ਉਹ ਜ਼ਮਾਨਤ ਦੇ ਪੈਸੇ ਜਮ੍ਹਾਂ ਕਰਵਾ ਦੇਵੇਗਾ। ਜੋ ਅਜਿਹਾ ਕਰਨ ਵਿੱਚ ਸਫਲ ਨਹੀਂ ਹੁੰਦਾ, ਉਸ ਨਾਲ ਕਿਸੇ ਕਿਸਮ ਦਾ ਪੱਤਰ ਵਿਵਹਾਰ ਨਹੀਂ ਕੀਤਾ ਜਾਵੇਗਾ। ਤੀਜੀ ਸ਼ਰਤ, ਜ਼ਮਾਨਤ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਆਦਮੀ ਦੇ ਚਮਤਕਾਰ ਨੂੰ ਪਹਿਲਾਂ ਮੇਰਾ ਨਾਮਜ਼ਦ ਕੀਤਾ ਹੋਇਆ ਵਿਅਕਤੀ ਲੋਕਾਂ ਦੀ ਹਾਜ਼ਰੀ ਵਿੱਚ ਕਿਸੇ ਨਿਯਤ ਦਿਨ 'ਤੇ ਪਰਖੇਗਾ। ਚੌਥੀ ਸ਼ਰਤ, ਜੇਕਰ ਆਦਮੀ ਪਰਖ ਦਾ ਸਾਹਮਣਾ ਨਹੀਂ ਕਰ ਸਕਦਾ ਜਾਂ ਮੁੱਢਲੀ ਪਰਖ ਵਿੱਚ ਹੀ ਅਸਫਲ ਹੋ ਜਾਂਦਾ ਹੈ ਤਾਂ ਉਸਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਪੰਜਵੀਂ ਸ਼ਰਤ, ਜੇਕਰ ਆਦਮੀ ਮੁੱਢਲੀ ਪਰਖ ਵਿੱਚ ਜਿੱਤ ਜਾਂਦਾ ਹੈ ਤਾਂ ਆਖਰੀ ਪਰਖ ਮੇਰੇ ਦੁਆਰਾ ਲੋਕਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਛੇਵੀਂ ਸ਼ਰਤ, ਜੇਕਰ ਕੋਈ ਆਦਮੀ ਆਖਰੀ ਪਰਖ ਵੀ ਜਿੱਤ ਜਾਂਦਾ ਹੈ ਤਾਂ ਉਸਨੂੰ 1,00,000 ਰੁਪਏ ਦਾ ਇਨਾਮ ਸਮੇਤ ਜ਼ਮਾਨਤ ਦਿੱਤਾ ਜਾਵੇਗਾ। ਸੱਤਵੀਂ ਸ਼ਰਤ, ਸਾਰੀਆਂ ਪਰਖਾਂ ਧੋਖਾ ਨਾ ਹੋਣ ਵਾਲੀਆਂ ਹਾਲਤਾਂ ਵਿੱਚ ਅਤੇ ਮੇਰੀ ਜਾਂ ਮੇਰੇ ਨਾਮਜ਼ਦ ਕੀਤੇ ਵਿਅਕਤੀ ਦੀ ਪੂਰਨ ਤਸੱਲੀ ਤੱਕ ਕੀਤੀਆਂ ਜਾਣਗੀਆਂ। ਉਹ ਵਿਅਕਤੀ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਨਹੀਂ ਹੋਣ ਦਿੰਦਾ, ਉਹ ਚਾਲਬਾਜ਼ ਹੁੰਦਾ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਅਤੇ ਜਿਹੜਾ ਪੜਤਾਲ ਕਰਨ ਤੋਂ ਬਿਨਾਂ ਵਿਸ਼ਵਾਸ ਕਰਨ ਲਈ ਤਿਆਰ ਹੋ ਜਾਵੇ, ਉਹ ਮੂਰਖ ਹੁੰਦਾ ਹੈ। ਡਾਕਟਰ ਕਾਬੂਰ ਭਲੀ ਭਾਂਤ ਜਾਣਦੇ ਸਨ ਕਿ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਅਖੌਤੀ ਚਮਤਕਾਰਾਂ ਵਿਰੁੱਧ ਲੜਾਈ ਨੂੰ ਤਦ ਤੱਕ ਨਹੀਂ ਜਿੱਤਿਆ ਜਾ ਸਕਦਾ ਜਦੋਂ ਤੱਕ ਉਹਨਾਂ ਲੋਕ ਵਿਰੋਧੀ ਆਰਥਿਕ, ਸਮਾਜਿਕ ਅਤੇ ਸਿਆਸੀ ਹਾਲਤਾਂ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਖਤਮ ਨਹੀਂ ਕੀਤਾ ਜਾਂਦਾ ਜੋ ਇਹਨਾਂ ਪਖੰਡਾਂ ਨੂੰ ਜਨਮ ਦਿੰਦੇ ਅਤੇ ਇਕਲੌਤੀ ਔਲਾਦ ਜਿਉਂ ਪਾਲਦੇ ਹਨ। 1963 ਵਿੱਚ ਡਾਕਟਰ ਕਾਬੂਰ ਦੁਆਰਾ ਰੱਖਿਆ ਇਨਾਮ 1,00,000 ਸੀ, ਪਰ ਬਾਅਦ ਵਿੱਚ ਹੁਣ ਤੱਕ ਦੇਸ਼ਾਂ ਵਿਦੇਸ਼ਾਂ ਦੀਆਂ ਵੱਖੋ ਵੱਖ ਤਰਕਸ਼ੀਲ ਸੰਸਥਾਵਾਂ ਵੱਲੋਂ ਇਹ ਇਨਾਮ 2,00,000,000 ਕਰੋੜ ਦਾ ਰੱਖਿਆ ਗਿਆ ਹੈ। ਜਿਸ ਤਰ੍ਹਾਂ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਸ ਇਨਾਮ ਦੀ ਰਾਸ਼ੀ 5,00,000 ਹੈ, ਜਦਕਿ ਤਰਕਸ਼ੀਲ ਸੁਸਾਇਟੀ ਹਰਿਆਣਾ ਵੱਲੋਂ 1 ਕਰੋੜ। 1963 ਤੋਂ ਅੱਜ ਤੱਕ ਜੋਤਸੀਆਂ, ਤਾਂਤਰਿਕਾਂ, ਰਿਧੀਆਂ ਸਿੱਧੀਆਂ ਦੇ ਮਾਲਕ, ਸੰਤਾਂ, ਮਹੰਤਾਂ ਆਦਿ ਲਈ ਇਨਾਮ ਜਿੱਤਣ ਦਾ ਇਹ ਸੁਨਹਿਰੀ ਮੌਕਾ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ, ਪਰ ਉਦੋਂ ਤੋਂ ਹੁਣ ਤੱਕ ਇਸ ਚੁਣੌਤੀ ਨੂੰ ਕਿਸੇ ਨੇ ਸਵੀਕਾਰ ਨਹੀਂ ਕੀਤਾ। ਜਿਸ ਕਿਸੇ ਨੇ ਕਦੇ ਕੀਤਾ, ਉਸਨੇ ਆਪਣਾ ਜੁੱਲੀ ਬਿਸਤਰ ਗੋਲ ਕਰਵਾਇਆ। ਸਵਾਲ ਤੁਹਾਡੇ ਮਨੋਂ ਉੱਛਲ ਸਕਦਾ ਹੈ ਕਿ ਪਾਠ ਪੂਜਾ ਕਰਨ ਅਤੇ ਪਰਮਾਤਮਾ ਉੱਤੇ ਭਰੋਸਾ ਰੱਖਣ ਵਿੱਚ ਭਲਾ ਬੁਰਾਈ ਕੀ ਹੈ? ਬੁਰਾਈ ਇਹ ਹੈ ਸਾਥੀਓ ਕਿ ਤੁਹਾਡੀ ਅਜਿਹੀ ਮਾਨਸਿਕ ਸਥਿਤੀ ਵਿੱਚ ਤੁਹਾਡੇ ਨਾਲ ਵਾਪਰਨ ਵਾਲੀ ਕਿਸੇ ਚੰਗੀ ਜਾਂ ਬੁਰੀ ਘਟਨਾ ਦੇ ਕਾਰਨ ਦੀ ਸਹੀ ਸਮਝ ਤੁਹਾਨੂੰ ਨਹੀਂ ਹੋ ਸਕਦੀ। ਜੇਕਰ ਹੋਵੇ ਤਾਂ ਤੁਸੀਂ ਦੋਗਲੇ ਸਿੱਧ ਹੁੰਦੇ ਹੋ, ਕਿਉਂਕਿ ਇੱਕ ਪਾਸੇ ਆਖਦੇ ਹੋ ਕਿ ਉਸ ਪਰਮਾਤਮਾ ਦੀ ਮਰਜ਼ੀ ਜਾਂ ਹੱਥ ਮੱਥੇ ਦੀ ਲਿਖਤ ਨੂੰ ਕੋਈ ਟਾਲ ਨਹੀਂ ਸਕਦਾ, ਪਰ ਦੂਜੇ ਪਾਸੇ ਸੜਕ ਪਾਰ ਕਰਨ ਤੋਂ ਪਹਿਲਾਂ ਸੱਜੇ ਖੱਬੇ ਜ਼ਰੂਰ ਦੇਖਦੇ ਹੋ, ਸੁਚੱਜੇ ਭਾਵ ਖੁਸ਼ਹਾਲ ਜੀਵਨ ਲਈ ਅਣਥੱਕ ਮਿਹਨਤ ਕਰਦੇ ਹੋ। ਜਦ ਤੱਕ ਸਾਨੂੰ ਸਾਡੀ ਕਿਸੇ ਸਮੱਸਿਆ ਦੇ ਸਹੀ ਕਾਰਨ ਦੀ ਸਮਝ ਨਾ ਹੋਵੇ, ਤਦ ਤੱਕ ਅਸੀਂ ਉਸਨੂੰ ਦੂਰ ਕਰਨ ਦੀ ਥਾਂ ਦੁੱਗਣੀ ਚੌਗਣੀ ਕਰ ਬੈਠਦੇ ਹਾਂ। ਉਦਾਹਰਨ ਵਜੋਂ, ਕਿਸੇ ਸੜਕ ਉੱਤੇ ਇੱਕੋ ਥਾਂ ਹੋਣ ਵਾਲੇ ਹਾਦਸਿਆਂ ਦਾ ਕਾਰਨ ਉੱਥੋਂ ਦਾ ਖਤਰਨਾਕ ਮੋੜ, ਸੜਕ ਦਾ ਟੁੱਟੀ ਫੁੱਟੀ ਹੋਣਾ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦਾ ਹੈ, ਜਿਸ ਸੰਬੰਧੀ ਲੋਕਾਂ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਥਾਂ ਲੋਕ ਉੱਥੇ ਇਹਨਾਂ ਸੜਕ ਹਾਦਸਿਆਂ ਤੋਂ ਛੁਟਕਾਰਾ ਪਾਉਣ ਲਈ ਧਾਰਮਿਕ ਕਰਮਕਾਂਡ ਕਰਦੇ ਦੇਖੇ ਜਾਂਦੇ ਹਨ।
जवाबी शब्दों की अणहोंद विच तुसी बस एहो आखोगे कि रब विच भरोसा रखण नाल मन नूं शांति मिलती है। पर शांति दो किस्म की हुंदी है साथियो, तुसी किस दी गल करदे हो? एक हुंदी है शांति अते एक हुंदी है मुर्दा शांति। जदों कदे तुहाडी लंबे समय की अणथक मेहनत रास आउंदी है, जद कदे बेचैनी बने तुहाडे शंके सवालों का जवाब तुहानू लभ जांदा है, जद अपने रोजाना जीवन का कोई फर्ज या जिम्मेवारी तुसी बाखूबी निभा छड़दे हो तां शांति पाउंदे हो। पर जदों तुसी जांदे हो पुजारियां दे डेरियां विच, जद पढ़ते हो वेलड़ पुजारियां अते धर्मां दे ठेकेदारां दीआं किताबां जां सुणदे हो कथावाचकां नूं, तां मुर्दा शांति तुहाडे तों खोह लैंदी है तुहाडी गुलामी अते लुट दा अहसास। लुट अते बेइंसाफी विरुद्ध उठण दी थां आसमान वल झात मार के आख छड्डदे हो कि ओह सब देख रहा है, उहनूं आपे साडी फिकर है, ओह जिथे रखे उत्थे ही रहना पैंदा है। सो साथियो, जेकर तुसी जोकां दी सेवा करदे हो तां तुहानूं तुहाडी अपनी ही किरत कमाई दे फल फुल उहनां दी बख्शिश लगणगे। पर जेकर तुसी लोकां दी सेवा करदे हो तां तुहानूं बख्शिशां दा नहीं अपने हक्कां दा अहसास हुंदा है। जेकर योग है कि एक कुत्ता बैलगड्डी हेठ तुरिया जा रहा माण महसूस करन लग्या कि गड्डी उसदे कारण ही अगे वध रही है, पर जिवें ही कुत्ता कन्न खुरकण लई रुकिया तां बैलगड्डी उसनूं पिछे छड्ड के अगे लंघ गई। इत्थे बैलगड्डी नूं विज्ञान जाणो अते कुत्ते नूं अंधविश्वास दा प्रतीक। बचपन विच बीमार होए डॉक्टर काबूर नूं वड्डी भैण ने किसी वैद की दवाई लिया के दित्ती अते काबूर नूं आख्या कि इह दवाई लैंदिआं गौड़ दा शुकराना करी ठीक हो जावेगा। पर अगों नन्ने काबूर दे शब्दां ने भैण नूं बिजली दे करंट वर्गा झटका मारिया। भैण जी, इस तरह करन नाल असीं किवें जाण सकांगे कि मेरी बीमारी नूं दूर किसने भजाया? सो मैं दोनों विचों इको कम करांगा। जरा ग्राफिक डिजाइनिंग दा चज है साथीओ, सो साडे कोल अपनी मशहूरी दे पोस्टर तैयार करवाउण लई पिंडों ही एक सज्जन आया, पीर शाह जी दा उपाशक। आखे जी, मोटे मोटे शब्दों में पोस्टर विच लिखना है कि हर वीरवार नूं चौंकी भराई जांदी है, लोकां दी हर समस्या दा तसल्ली बख्श इलाज। जद सोचिया कि बंदा नहीं टलदा तां साडे वलों चुनौती पेश कीती गई जिस दी उसनूं जरा भी उम्मीद नहीं सी। किसे परख प्रीख्या बारे उसने सुपने विच भी नहीं सी जाणिया। शर्त जितण हारन दी सूरत विच लैण देण योग राशि 20,000 उसदे मूहों ही निकली। बह के कीती गलबात साडे द्वारा मोबाइल विच रिकॉर्ड कीती गई। मतलब जे तो असी हार जाने फिर तो 20,000 सानू देना पऊ, है ना? जे तुसी हार गए काला खां जी, फिर थोनू 20,000 देना पऊगा, है ना? अपन मानते हो तुसी ये गल? हाँ जी, हाँ बिल्कुल मानते हो। ठीक है जी। साथियो, ये हन जनाब काला खां जी, सपुत्र जनाब बाबा खां, पिंड महिला, जिला संगरूर। हर वीरवार पीर शाह जी की चौंकी भराउंदे हन। बच्चा ना हुंदा होवे, वीजा ना लगदा होवे, जां किसे भी तरह की बीमारी, घर कलेश ते होर दुख समस्यावां नूं शर्त ला के दूर भजाउंदे हन। इन्हां दा इत्थों तक कहना है कि जेकर शर्त यह हार जांदे हन तां पीर शाह दा प्रचार प्रसार करना जां चौंकियां भराउणा छड्ड देणगे। साथी पत्थर ते लकीर समझण। उस दिन पिछों जनाब नूं फोन करके बुलाउणा चाहिया, जवाब मिलिया दवाई लैण चलिया हाँ, शाम तक तां आ जाओगे? हाँ जी। पर शाम आई जनाब नहीं आए। चार कु दिन लगातार फोन कीता पर जनाब ने फोन उठाउणा ही बंद कर दिता। मिल बैठ के जनाब दी परख प्रीख्या लई समां स्थान निश्चित करना सी अते चार बंदियां दे इकट्ठ विच शर्त नूं लिखती रूप देना सी। पर जनाब गिल्ली साबण दी टिक्की वांग साढ़े हथों तिलक गए। 1963 तों अज तक इहो हुंदा आ रहा है। 20,000 की असीं उस तों एक रुपया भी नहीं सी लैणा, सिर्फ एक वायदा करवाउणा सी
कि अगे तो अंधविश्वास का प्रचार प्रसार करना सारी उम्र लई बंद करे, बस किरत करे अते इसकी लुट नू समझे। डॉक्टर काबूर कैंसर की बीमारी नाल पीड़ित होने के बावजूद आखिरी दिनों तक तर्कशील लहर विच पूरी तरह सरगर्म रहे अते अखीर 18 सितंबर 1978 विच उन्हां दा कोलंबो विच देहांत हो गया। डॉक्टर काबूर की मृतक देह नू उन्हां दी इच्छा मुताबक कोलंबो दे हस्पताल नू खोज कारजां अते अंगदान लई भेज दिता गया। उन्हां दीयां दोवें अखां मद्रास दे हस्पताल नू प्रदान कर दित्तियां गईयां, जो कि उस वक्त दो नेत्रहीणां नू ला दित्तियां गईयां। है कोई गैबी शक्ति का भलवान, जिते करोड़ों का नकद इनाम।